ਸ਼ਿਕਾਰਪੁਰ ਮਾ ਖਬਰ ਸ਼ਾਮਿਲ ਕਿਉਂ ਥਾ ਰਿਆਦ ਅਲੀ ਮੀਰਾਣੀ ਦੀ ਰਿਪੋਰਟ ਮੁਤਾਬਿਕ ਤ ਡਿਪਟੀ ਕਮਿਸ਼ਨਰ ਸ਼ਿਕਾਰਪੁਰ ਪਾਰਾ ਜ਼ਿਲ੍ਹੇ ਮੇਂ ਹਿਫਾਜ਼ਤੀ ਟਿੱਕਾਂ ਜੋ ਆਲਮੀ ਹਫ਼ਤੋ ਮਲਾਇਣ ਜੋ ਇਫ਼ਤਿਦਾਹ ਤਫ਼ਸੀਲ ਮੁਜਿਬ ਡਿਪਟੀ ਕਮਿਸ਼ਨਰ ਸ਼ਿਕਾਰਪੁਰ ਇਲਤਾਫ਼ ਅਹਿਮਦ ਚਾਚੜ ਪਾਰਾ ਜ਼ਿਲ੍ਹੇ ਮੇਂ ਹਿਫਾਜ਼ਤੀ ਟਿੱਕਾਂ ਜੋ ਆਲਮੀ ਹਫ਼ਤੋ ਮਲਾਇਣ ਜੋ ਇਫ਼ਤਿਦਾਹ ਕਰੇ ਛਡਿਓ। ਜਾਗਰੂਕਤਾ ਰੈਲੀ ਖੇ ਖਿਤਾਬ ਕੰਦੇ ਡਿਪਟੀ ਕਮਿਸ਼ਨਰ ਸ਼ਿਕਾਰਪੁਰ ਇਲਤਾਫ਼ ਅਹਿਮਦ ਚਾਚੜ ਚਯੋ ਤ ਦਿੱਲੀ ਅੰਦਰੇ 24 April ਖਾਂ 30 April ਤਾਈਂ ਸਿਹਤ ਖਾਤੇ ਜੂੰ ਟੀਮੂੰ ਘਰ ਘਰ ਵਹੀ 2 ਸਾਲਨਿ ਖਾਂ ਘੱਟ ਉਮਿਰ ਜੇ ਬਾਰਨ ਕੇ 12 ਬਿਮਾਰਨਿ ਖਾਂ ਬਚਾ ਜਾ ਹਿਫਾਜ਼ਤੀ ਟੀਕਾ ਲਗਾਈਂਦੀਆਂ। ਵਾਲਦੇਨ ਜੀ ਜ਼ਿਮੇਦਾਰੀ ਆਏ ਤ ਹੂ ਸਿਹਤ ਖਾਤੇ ਜੇ ਟੀਮਨ ਸਾਂ ਸਹਿਕਾਰ ਕੰਦੇ ਪੈਂਜੇ ਗੁਲਨ ਜਿੜਨ ਬਾਰਨ ਕੇ 12 ਖਤਰਨਾਕ ਬਿਮਾਰਨਿ ਖਾਂ ਬਚਾਏ ਨੇ। ਆਲਮੀ ਹਫ਼ਤੋ ਮਲਾਇਣ ਜੋ ਮਕਸਦ ਅਵਾਮ ਮੇਂ ਹਿਫਾਜ਼ਤੀ ਟੀਕਨ ਬਾਬਤ ਸ਼ਊਰ ਪੈਦਾ ਕਰਨ ਆਏ ਤ ਜੀਅਂ ਜੇਕੇ ਬਾਰ ਹਿਫਾਜ਼ਤੀ ਟੀਕਨ ਖਾਂ ਰਹਿਜੀ ਵਿਆ ਵਨਨਿ ਤਾਂ ਉਹਨਾਂ ਕੇ ਪਿਣ ਟੀਕਾ ਲਗਰਾਏ 12 ਬਿਮਾਰਨ ਖਾਂ ਬਚਾਏ ਸਕਜੋ। ਇਨ ਮੌਕੇ ਤੇ DHO ਸ਼ਿਕਾਰਪੁਰ ਡਾਕਟਰ ਵਸੀਮਦੀਨ ਸ਼ੇਖ, MSRB UT ਸਿਵਲ ਹਸਪਤਾਲ ਸ਼ਿਕਾਰਪੁਰ ਡਾਕਟਰ ਨਸਰੁੱਲਾ ਸੂਰ ਐਂ ਬਿਆ ਹੈਲਥ ਆਫੀਸਰ ਮੌਜੂਦ ਆ। ਇਹਨਾਂ ਚਯੋ ਤ ਹਿਫਾਜ਼ਤੀ ਟੀਕਨ ਜੋ ਕੋਰਸ ਹਰ ਬਾਰ ਲਾਇ ਅਮਲ ਲਾਜ਼ਮ ਆਏ, ਜੰਹਿਂਖਾਂ ਪੋਇ ਅਵਾਂ ਜਾ ਪਿਆਰਾ ਬਾਰ ਇਹਨਾਂ ਬਿਮਾਰਨਿ ਮਾਂ ਬਿਮਾਰਨਿ ਜੈਮੀ ਪੋਲੀਓ, ਟਿੱਬੀ, ਖਨਾਫ, ਵੱਡੀ ਖੰਘ, ਤਨਸ਼ਗ ਕਾਰੋ ਕੰਮ, ਨਮੂਨਾ, ਗੁਰਦਨ, ਤੁਣੀ ਬੁਖਾਰ ਸਮੇਤ 10 ਉਲਟੀਆਂ ਮਾਦੇ ਜੋ ਬੁਖਾਰ ਉਰੜੀ ਰੁਬੀਲਾ ਜਿਹੜੇ ਨੇ ਬਿਮਾਰਨਿ ਖਾਂ ਬਚੀ ਪਾਉਂਦਾ। ਹਿਫਾਜ਼ਤੀ ਟੀਕਨ ਜੋ ਕੋਰਸ ਆਸਾਨੀ ਸਾਂ ਅਵਾਂਜੇ ਵੇਜੇ ਸਰਕਾਰੀ ਹਸਪਤਾਲ ਮੇਂ ਬਿਲਕੁਲ ਮੁਫ਼ਤ ਹੈ। ਟ੍ਰੈਂਡ API ਵੈਕਸੀਨੇਟਰ ਲਗਾਈਂਦਾ ਆਹਿਨਿ ਐਂ ਉਨਖਾਂ ਇਲਾਵਾ ਇਹ ਟੀਮੂੰ ਅਵਾਂਜੇ ਮਹਿਲਨਿ ਗੋਠਨਿ ਪਿਣ ਵੈਕਸੀਨ ਕਰਨ ਅਚਨਿ ਥਿਯੂੰ। ਉਹਨਾਂ ਸਾਂ ਤਾਵਨ ਕਰਵੇ ਪੈਂਜੇ ਹਰ ਬਾਰ ਖੇ ਵੈਕਸੀਨ ਲਗਰਾਇ। ਯਾਦ ਰੱਖੋ ਬਾਰਾਣੇ ਬਿਮਾਰਨਿ ਜੋ ਅਗਵਾਟ ਪਾ ਹਿਫਾਜ਼ਤੀ ਟੀਕਾ ਆਹਿਨਿ ਜਨ ਜੇ ਲਗਣ ਖਾਂ ਪੋਇ ਅਵਾਂਜਾ ਬਾਰ ਮਹਿਫੂਜ਼ ਰਹਿ ਸਕਣ ਥਾ।